ਨਕੋਦਰ ਨਿਊਜ਼ ਰਿਪੋਰਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇਸ ਵਕਤ ਦੀ ਵੱਡੀ ਖਬਰ ਹੈ, ਪੰਜਾਬੀ ਲੋਕ ਗਾਇਕ ਕੇਸ ਮੱਖਣ ਨੇ ਸਿੱਖੀ ਕਕਾਰਾਂ ਨੂੰ ਤਿਆਗ ਦਿੱਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨਾਂ ਤੋਂ ਜੋ ਮੁੱਦਾ ਚੱਲ ਰਿਹਾ ਉਹ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਮੈਂ ਚਾਹੁੰਦਾ ਸੀ ਇਸ 'ਤੇ ਬਿਰਤੀ ਪੈ ਜੂ। ਬੇਨਤੀ ਤਾਂ ਕਰਦੇ ਹਾਂ ਸਾਰੇ ਪੰਜਾਬੀਆਂ ਨੂੰ, ਕੀਤੀ ਸੀ ਬਈ ਪੰਜਾਬੀ ਨਾਲ ਪੰਜਾਬੀ ਨਾ ਲੜੇ ਅਤੇ ਪੰਜਾਬੀ ਦੇ ਲਈ ਲੜੀਏ, ਪੰਜਾਬੀ ਲਈ ਯਤਨਸ਼ੀਲ ਹੋਈਏ। ਪਰ ਸਾਡੇ ਕੁਝ ਸਿੱਖ ਪ੍ਰਚਾਰਕਾਂ ਨੇ, ਦੋ ਚਾਰ ਸਿੱਖ ਪ੍ਰਚਾਰਕਾਂ ਨੇ ਇਸ ਪੰਜਾਬੀ ਦੇ ਮੁੱਦੇ ਨੂੰ ਸਿੱਧਾ ਸਿੱਖੀ ਨਾਲ ਜੋੜ ਲਿਆ। ਅਸੀਂ ਕੋਈ ਵੀ ਗੱਲ ਕਰਦੇ ਹਾਂ ਅਤੇ ਉਹਨੂੰ ਉਹ ਜੇ ਮੈਂ ਕੋਈ ਗੱਲ ਕਰਦਾ ਤਾਂ ਸਿੱਧਾ ਹੀ ਮੇਰੀ ਸਿੱਖੀ 'ਤੇ ਸਵਾਲ ਖੜ੍ਹੇ ਕਰ ਲੈਂਦੇ ਨੇ। ਉਹ ਵੀ ਸਿੱਖ ਪ੍ਰਚਾਰਕ ਆਉਣਗੇ ਦੋ ਤਿੰਨ। ਅੱਜ ਇਸ ਤਰ੍ਹਾਂ ਮੈਂ ਗੱਲ ਕੀਤੀ ਦੋ ਤਿੰਨ ਸਿੱਖ ਪ੍ਰਚਾਰਕ ਜਿਨ੍ਹਾਂ ਦੇ ਵਿੱਚ ਗੰਭੀਰ ਸਾਹਿਬ ਆ ਅਤੇ ਅਵਤਾਰ ਸਿੰਘ ਆ, ਕੇ ਟੀ ਵੀ ਵਾਲੇ, ਉਹ ਵੀ ਰੇਡੀਓ ਪ੍ਰਜੈਂਟਰ ਆ, ਟੀ ਵੀ ਪ੍ਰਜੈਂਟਰ ਆ, ਅਤੇ ਮੈਂ ਸਮਝਦਾ ਵੀ ਉਹ ਵੀ ਪ੍ਰਚਾਰਕ ਹੀ ਆ। ਦੋ ਤਿੰਨ ਸਿੰਘ ਹੋਰ ਸਮਾਣੀ ਤੋਂ, ਉਹਨਾਂ ਦਾ ਨਾਂ ਭੁੱਲ ਗਿਆ, ਚਲੋ ਗੁਰੂ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖੇ। ਬਟ ਜਦੋਂ ਗੰਭੀਰ ਸਾਹਿਬ ਇੰਨੇ ਗੰਭੀਰ ਹੋਣ ਦੇ ਬਾਵਜੂਦ ਇੰਨੇ ਹਲਕੇ ਸ਼ਬਦ ਵਰਤਦੇ ਆ ਤਾਂ ਮਨ ਨੂੰ ਬਹੁਤ ਦੁੱਖ ਹੁੰਦਾ, ਕਿਉਂਕਿ ਮੈਂ ਉਹਨਾਂ ਦਾ ਫੈਨ ਹਾਂ, ਮੈਂ ਉਹਨਾਂ ਨੂੰ ਸੁਣਦਾ ਅਤੇ ਸੁਣਦਾ ਵੀ ਰਹੂੰਗਾ। ਪਰ ਜਿਹੜੇ ਸ਼ਬਦ ਉਹ ਮੇਰੇ ਲਈ ਵਰਤਦੇ ਆ, ਕੰਜਰ ਆ, ਇਹ ਬਦਤਮੀਜ਼ ਆ, ਇਹ ਏਜੰਸੀਆਂ ਦੇ ਬੰਦੇ ਆ, ਇਹ ਭੇਖੀ ਆ, ਪਤਾ ਨਹੀਂ ਕੀ, ਅਤੇ ਮੈਂ ਸਮਝਦਾ ਕਿ ਇਹ ਕਕਾਰ ਪਹਿਨ ਕੇ ਗੁਰੂ ਮਹਾਰਾਜ ਦੇ, ਮੈਂ ਡੋਰੀ ਵਾਲੀ ਕਿਰਪਾਨ ਪਹਿਨਦਾ, ਸਾਰਿਆਂ ਨੂੰ ਪਤਾ ਆ, ਅਤੇ ਆਪਣੇ ਜਿਹੜਾ ਕੰਘਾ ਹੁੰਦਾ ਉਹ ਮੈਂ ਆਲਵੇਜ਼ ਜੇਬ 'ਚ ਰੱਖਦਾ, ਜਾਂ ਮੇਰੇ ਫੌਜ ਵਿੱਚ ਹੁੰਦਾ ਆ, ਜਾਂ ਮੇਰੀ ਗੱਡੀ 'ਚ ਪਿਆ ਹੁੰਦਾ, ਕਿਉਂਕਿ ਪਹਿਲਾਂ ਮੈਂ ਭੁੱਲ ਗਿਆ ਸੀ। ਫਿਰ ਮੈਂ ਸੋਚਿਆ ਵੀ ਆਪਾਂ ਕੰਘੇ ਇੱਕ ਦੋ ਹੋਰ ਲੈ ਲੈਂਦੇ ਹਾਂ। ਚਲੋ ਇਹ ਮੈਂ ਤਾਂ ਦੱਸਿਆ ਵੀ ਇਹ ਜਿਹੜੇ ਕਕਾਰ ਪਹਿਨ ਕੇ ਗੁਰੂ ਮਹਾਰਾਜ ਦੇ, ਮੈਂ ਕਕਾਰਾਂ ਦੀ ਉਹਨਾਂ ਤੋਂ ਬੇਇੱਜ਼ਤੀ ਕਰਾਵਾਂ, ਬੇਅਦਬੀ ਕਰਾਵਾਂ, ਉਹਦੇ ਵਿੱਚ ਮੈਂ ਭਾਗੀਦਾਰ ਪਹਿਲਾਂ ਹੈ। ਜੇ ਮੇਰੀ ਸਿੱਖੀ ਭੇਖੀ ਆ, ਮੇਰੀ ਸਿੱਖੀ ਰੜਕਦੀ ਆ, ਅਤੇ ਮੈਂ ਨਹੀਂ ਚਾਹੁੰਦਾ ਵੀ ਮੇਰੀ ਸਿੱਖੀ ਦੇ ਨਾਲ ਸਿੱਖ ਕਮਿਊਨਿਟੀ ਦਾ ਜਾਂ ਸਿੱਖੀ ਦਾ ਕੋਈ ਨੁਕਸਾਨ ਹੋਵੇ। ਵੈਸੇ ਤਾਂ ਕਿਸੇ ਦੀ ਹਿੰਮਤ ਨਹੀਂ ਵੀ ਸਿੱਖੀ ਨੂੰ ਨੁਕਸਾਨ ਪਹੁੰਚਾਵੇ, ਅਤੇ ਜੇ ਮੇਰੀ ਵਜ੍ਹਾ ਨਾਲ ਕਰਕੇ ਕੋਈ ਇੱਦਾਂ ਦਾ ਇਸ਼ੂ ਬਣਦਾ ਤਾਂ ਮੈਂ, ਜੇ ਕੋਈ ਸਿੱਖੀ ਦਾ ਫਾਇਦਾ ਨਹੀਂ ਕਰ ਸਕਦਾ ਤਾਂ ਮੇਰੇ ਕੋਲ ਕੋਈ ਹੱਕ ਨਹੀਂ ਗਾ ਕਿ ਮੈਂ ਕੋਈ ਨੁਕਸਾਨ ਵੀ ਕਰਾਂ। ਇਸ ਕਰਕੇ ਅੱਜ ਮੈਂ ਬੜੇ ਠੰਡੇ ਦਿਮਾਗ ਨਾਲ, ਦੋ ਤਿੰਨ ਦਿਨ ਹੋ ਗਿਆ ਨੀਂਦ ਵੀ ਨਹੀਂ ਆ ਰਹੀ, ਮੈਂ ਬਹੁਤ ਜਿਹੜੀ ਗੱਲ ਕਹਿੰਦਾ ਬੜਾ ਦੁੱਖ ਨਾਲ ਕਹਿ ਰਿਹਾ ਕਿ ਇਹ ਜੋ ਕਕਾਰ ਆ ਮੇਰੇ, ਮੈਂ ਅੱਜ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਇਹਨਾਂ ਦਾ ਇਹਨੂੰ ਤਿਆਗ ਦੇਣਾ, ਇਹਨਾਂ ਨੂੰ ਅਰਪਣ ਕਰ ਦੇਣਾ ਹੈ, ਪੇਸ਼ ਕਰ ਦੇਣਾ, ਕਿਉਂਕਿ ਮੇਰੇ ਤੋਂ ਨਹੀਂ ਬਰਦਾਸ਼ਤ ਹੋ ਰਿਹਾ ਵੀ ਇਹਨਾਂ ਕੁਝ ਕੁ ਜਿਹੜੇ ਤੱਤੇ ਸਿੱਖ ਪ੍ਰਚਾਰਕ ਹੈ ਇਹਨਾਂ ਨੂੰ ਕੋਈ ਕਮਿਊਨਿਟੀ ਨਹੀਂ ਮੋਹਰੇ ਆ ਰਹੀ, ਕੋਈ ਵੀ ਮੋਹਰੇ ਨਹੀਂ ਆ ਰਿਹਾ। ਜੇ ਅਸੀਂ ਗਲਤ ਹਾਂ, ਮੈਂ ਗਲਤ ਹਾਂ, ਮੇਰੀ ਗੱਲ ਕਰੋ ਵੀ ਮੈਨੂੰ ਕੋਈ ਆ ਕੇ ਸਮਝਾਵੇ ਮੇਰਾ, ਮੈਂ ਕਿਹੜੇ ਇੱਥੇ ਜਿੰਦੇ ਲਾਏ ਹਾਂ। ਬੜਾ ਸਾਰਿਆਂ ਨੂੰ ਪਤਾ ਵੀ ਜਦੋਂ ਮੈਂ ਪੰਜਾਬ ਦੇ ਵਿੱਚ ਹੋਵਾਂ ਵੱਧ ਤੋਂ ਵੱਧ ਸਮਾਂ ਮੈਂ ਆਪਣੇ ਪਿੰਡ ਗੁਜ਼ਾਰਦਾ ਹਾਂ, ਅਤੇ ਕੋਈ ਸਮਝ ਹੀ ਨਹੀਂ ਆਉਂਦੀ ਉੱਦਾਂ ਹੀ ਚੱਕ ਕੇ। ਜਿਸ ਗੱਲ ਦਾ ਮੈਨੂੰ ਸਭ ਤੋਂ ਵੱਡਾ ਦੁੱਖ ਆ ਉਹ ਰਹਿਣਾ, ਉਹ ਲਈ ਮੈਂ ਬੋਲਦਾ ਵੀ ਰਹਿਣਾ ਬਈ ਮੌਕਾ ਜ਼ਰੂਰ ਦਿਓ, ਇੱਕ ਅੱਧਾ ਮੌਕਾ ਬੰਦੇ ਨੂੰ ਚਾਹੀਦਾ। ਕੋਈ ਏਡੇ ਏਡੇ
ਫਿਲੋਸਫਰ ਬੈਠੇ ਆ ਉਹ ਮੈਨੂੰ ਸੱਦ ਲੈਣ, ਸੀਨੀਅਰ ਆ, ਮੈਨੂੰ ਕੋਈ ਇੱਥੇ ਸੰਸਥਾ ਆ ਜਾਵੇ ਉਹ ਆ ਕੇ ਸਮਝਾਵੇ ਜੇ ਮੈਂ ਕੋਈ ਗਲਤੀ ਕਰਦਾ। ਇਹਦਾ ਮਤਲਬ ਇਹ ਥੋੜ੍ਹਾ ਵੀ ਆ ਕਿ ਸਰਦਾਰ ਬੰਦੇ ਨੂੰ ਤੁਸੀਂ ਫਿਰ ਸਿੱਖੀ ਜਾਓ ਕਿੱਥੇ? ਆ ਜਦੋਂ ਕੋਈ ਇਸ਼ੂ ਹੁੰਦਾ ਹੈ ਇਹਨਾਂ ਨੂੰ, ਸਿੱਖ ਪ੍ਰਚਾਰਕਾਂ ਦਾ ਮੈਂ ਬਹੁਤ ਨੇੜੇ ਹੋ ਕੇ ਦੇਖਿਆ, ਇਹ ਆਪਣੀ TRP ਵਧਾਉਣ ਲਈ ਵੀ ਇਹ ਕੰਮ ਕਰਦੇ, ਇਹਨਾਂ ਦੇ ਕੁਝ ਫੋਲੋਅਰ ਹੈਗੇ ਆ। ਇਹ ਗੱਲ ਲੱਗਣਾ ਤਾਂ ਉਹਨਾਂ ਨੂੰ ਦੁੱਖ ਹੀ ਹੈ ਇਸ ਗੱਲ ਦਾ, ਪਰ ਬੰਦੇ ਨੂੰ ਕੋਈ ਪੁੱਛਣ ਗਿੱਛਣ ਵਾਲਾ ਵੀ ਹੋਵੇ, ਉਹਨਾਂ ਨੂੰ ਵੀ ਕੋਈ ਪੁੱਛਣ ਗਿੱਛਣ ਵਾਲਾ ਵੀ, ਸਰਦਾਰ ਯਾਰ ਸਿੱਖ ਸਿੱਖ ਨੂੰ ਤੁਸੀਂ ਇੱਦਾਂ ਕਹੀ ਜਾਂਦੇ ਆ, ਜੇ ਫਿਰ ਕਿਹੜਾ ਬੋਲਣ ਦਾ ਮੌਕਾ ਨਹੀਂ, ਉਹ ਵੀ ਉਹਨਾਂ ਨਾਲ ਡਿਸਕਸ ਕਰੇ ਜਾਂ ਕੋਈ ਕਮੇਟੀ ਬਣੇ ਕੋਈ ਕੁਛ। ਪਰ ਆਈ ਡੋਂਟ ਨੋ, ਚਲੋ ਮੈਂ ਤਾਂ ਹੁਣ ਆਪਣੀ ਜੋ ਮੇਰੀ ਜਿੰਨੀ ਕੁ ਬੁੱਧੀ ਆ ਉਹਦੇ ਅਨੁਸਾਰ, ਇਹ ਥੋੜ੍ਹੀ ਆ ਇਹ ਬਹੁਤੀ ਆ, ਕਿਸੇ ਨੂੰ ਚੰਗਾ ਵੀ ਲੱਗਣਾ ਕਿਸੇ ਨੂੰ ਮਾੜਾ ਵੀ ਲੱਗਣਾ, ਬਟ ਮੈਂ ਅੱਜ ਕਕਾਰਾਂ ਦੀ ਬੇਅਦਬੀ ਨਾ ਚੱਲਦਾ ਹੋਇਆ ਮੈਂ ਆਪਣੇ ਜਿਹੜੇ ਕਕਾਰ ਆ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਤਿਆਗ ਦੇਣੇ ਆ, ਅਤੇ ਮੇਰੇ ਪ੍ਰਚਾਰਕ ਵੀਰ ਖੁਸ਼ ਹੋ ਜਾਣਗੇ। ਨਾਲੇ ਮੇਰੇ ਤੋਂ ਬਹੁਤ ਵੱਡਾ ਜਿਹੜਾ ਇੱਕ ਕੰਜਰ ਕੁੱਤੇ ਨਾਲੋਂ ਵੀ ਵੱਡਾ ਸ਼ਬਦ ਆ ਭੇਖੀ, ਉਹ ਤਾਂ ਇੱਕ ਲੈ ਜੂਗਾ ਕਿ ਮੈਂ ਸਿੱਖੀ ਸਰੂਪ 'ਚ ਆ ਕੇ ਕੋਈ ਆਪਣਾ ਸਿੱਖੀ ਦਾ ਨੁਕਸਾਨ ਤਾਂ ਨਹੀਂ ਕਰ ਰਿਹਾ, ਮੇਰੇ ਨਾਲ ਥੋੜ੍ਹਾ ਕੋਈ ਫਰਕ ਪੈਣਾ? ਕਿੱਡੇ ਕਿੱਡੇ ਮਹਾਰਥੀ ਯੋਧੇ ਹੋ ਰਹੇ ਆ, ਕਿੰਨਿਆਂ ਬੰਦਿਆਂ ਨੇ ਕੁਰਬਾਨੀਆਂ ਦਿੱਤੀਆਂ ਸਿੱਖੀ ਲਈ, ਮੋਹਰੇ ਆਇਆ ਕਿੱਡਾ ਸਿੱਖ ਜਗਤ ਆ, ਗੁਰੂ ਮਹਾਰਾਜ ਦਾ ਇਹ ਬੜਾ ਕੁਰਬਾਨੀਆਂ ਨਾਲ ਇਹਨੂੰ ਸਿੰਜ ਕੇ, ਲੂਹਾਂ ਨਾਲ ਸਿੰਜ ਕੇ, ਖੂਨ ਦੇ ਨਾਲ ਸਿੰਜ ਕੇ ਇਹ ਸਿੱਖੀ ਬੜੀ ਔਖੀ ਮਿਲੀ ਆ। ਸੋ ਇਸ ਕਰਕੇ ਮੈਂ ਅੱਜ ਚਾਹੁੰਦਾ ਕਿ ਮੈਂ ਇਹੀ ਸਮਝ ਰੱਖੀ ਕਿ 3-4 ਦਿਨ ਤੋਂ ਕੰਮ ਇਹ ਗਰਮ ਹੋਈ ਜਾ ਰਿਹਾ, ਜਿਹੜਾ ਉੱਠਦਾ ਉਹ ਗਾਲਾਂ ਹੀ ਕੱਢੀ ਜਾਂਦਾ, ਅਤੇ ਥੋੜ੍ਹੇ ਜਿਹੇ ਬੰਦੇ ਜਿਹੜੇ ਉਹਨਾਂ ਨੂੰ ਕੋਈ ਕਹਾਣੀ ਨਹੀਂ ਬਣ ਰਹੀ, ਉਹਨਾਂ ਨੂੰ ਕੋਈ ਬੇਨਤੀ ਨਹੀਂ ਕਰ ਰਿਹਾ। ਚਲੋ ਫੇਕ ਆਈਡੀਆਂ ਵੀ ਬਣੀਆਂ ਆ ਕੁਛ ਲੋਕਾਂ ਦੀਆਂ, ਅਤੇ ਉਹਨਾਂ ਨੂੰ ਕੋਈ ਬੇਨਤੀ ਵੀ ਨਹੀਂ ਕਰ ਰਿਹਾ ਵੀ ਯਾਰ ਇੱਦਾਂ ਨਾ ਕਰੋ, ਆਪਣੀ ਸਿੱਖੀ ਦੇ ਵਿੱਚ ਹੋ ਜਾਓ ਨੁਕਸਾਨ ਹੋਊਗਾ। ਸੋ ਚਲੋ ਅਗਲੀ ਗੱਲ ਮੈਂ ਅੰਮ੍ਰਿਤ ਭੰਗ ਦੀ ਕਰਾਂ। ਮੈਂ 2016 ਦੇ ਵਿੱਚ ਟੋਰਾਂਟੋ ਅਕਤੂਬਰ ਮਹੀਨੇ ਦੇ ਵਿੱਚ ਸ਼ੋਅ ਲਈ ਗਿਆ ਸੀ, ਉੱਥੇ ਸਾਡੇ ਮੂਹਰੇ ਵੀ ਸ਼ੋਅ ਸੀ, ਅਤੇ ਅੱਜ ਸ਼ੋਅ ਮੇਰਾ ਕੱਲ੍ਹ ਨੂੰ ਮੈਂ 11:12 ਵਜੇ ਦੂਜੇ ਦਿਨ ਦੀ ਮੇਰੀ 11:15 ਦੀ ਫਲਾਈਟ ਸੀਗੀ, ਅਤੇ ਮੈਨੂੰ ਐਲੀ ਮਾਰਕੀਟ ਦਾ ਫੋਨ ਆਇਆ, ਕਹਿੰਦਾ ਭਾਅ ਜੀ ਵੀ ਆਪਾਂ ਨੇ ਕੁਝ ਸੱਜਣੇ ਆ ਅਤੇ ਉਹਨਾਂ ਨੇ ਫੋਟੋ ਵਗੈਰਾ ਕਰਾਉਣੀ ਆ। ਮੈਂ ਕੋਈ ਗੱਲ ਨਹੀਂ ਵੀਰਾ, ਤੂੰ ਜਦੋਂ ਦੇਖ ਲਈ ਵੀ ਤੈਨੂੰ ਸਾਰੀ ਸਮਝ ਆ ਵੀ 9:45 ਮੈਂ ਲੀਵ ਕਰਨਾ ਕਮਰੇ 'ਚੋਂ, ਆਪਣੇ ਰੂਮ 'ਚੋਂ, ਹੋਟਲ 'ਚੋਂ। ਉਹ 5-10 ਮਿੰਟ ਦੀ ਡਰਾਈਵ 'ਤੇ ਆ, ਜਸਵਿੰਦਰ ਖੋਸਾ ਪ੍ਰਮੋਟਰ ਸੀ ਮੇਰਾ, ਅਤੇ ਉਹ ਵਿਟਨੈਸ ਆ ਵੀ ਮੇਰਾ ਜਿਹੜਾ ਹੋਟਲ ਆ 5-10 ਮਿੰਟ ਦੀ ਡਰਾਈਵ 'ਤੇ ਸੀ। ਐਲੀ ਮਾਰਕੀਟ ਜਦੋਂ ਆਇਆ ਉਦੋਂ ਮੈਂ ਇਸ਼ਨਾਨ ਪਾਣੀ ਕਰ ਚੁੱਕਾ ਸੀ, ਮੈਂ ਆਪਣਾ ਬੁਰਸ਼ ਦੇ ਨਾਲ ਇਲੈਕਟ੍ਰਿਕ ਬੁਰਸ਼ ਦੇ ਨਾਲ ਦਾੜਾ, ਮੈਂ ਪਹਿਲਾਂ ਵੀ ਕਈ ਵਾਰੀ ਇੰਟਰਵਿਊ ਦੱਸਿਆ ਵੀ ਮੇਰੀ ਇਹ ਡਰਾਈ ਵਾਲ ਹੈਗੇ ਆ ਤਾਂ ਬੜਾ ਇਹ ਫੁੱਲ ਜਾਂਦਾ, ਮੈਂ ਇਹਨੂੰ ਆਪਣਾ ਲਾ ਕੇ ਸੈੱਟ ਸੁੱਟ ਕਰਕੇ ਰੱਖੀਦਾ ਗੁਰੂ ਮਹਾਰਾਜ ਦੀ ਕਿਰਪਾ ਨਾਲ। ਚਲੋ ਅਤੇ ਉਹ ਮੈਂ ਕਰ ਰਿਹਾ ਸੀ, ਡੋਰ ਨੌਕ ਹੋਈ ਤਾਂ ਮੈਂ ਉਹ ਡੋਰ ਖੋਲ੍ਹ ਕੇ ਉਹਨੂੰ ਕਿਹਾ ਵੀ ਬੈਠੋ, ਮੈਂ ਬਸ 2 ਮਿੰਟ 'ਚ ਆਇਆ। ਪਰ ਉਹਨੂੰ ਸਾਰਿਆਂ ਨੂੰ ਪਤਾ ਵੀ ਐਲੀ ਮਾਰਕੀਟ ਸਨੈਪਚੈਟ ਦਾ ਬਾਦਸ਼ਾਹ ਆ, ਜਿੱਦਾਂ ਅੱਜ ਕੱਲ੍ਹ ਜੱਗਾ ਫਗਵਾੜੇ ਵਾਲਾ ਮੁੰਡਾ, ਉਹਨੇ ਇੱਦਾਂ ਘੁਮਾ ਤਾ ਕੈਮਰਾ, ਉਹ ਕਹਿੰਦਾ ਭਾਅ ਜੀ ਕਿਆ ਬਾਤ ਆ, ਕਿੰਨੀ ਵਧੀਆ ਖੁੱਲ੍ਹ ਰਿਹਾ, ਤੁਹਾਡੀ ਬੋਡੀ ਬੜੀ ਫਿੱਟ ਰੱਖੀ ਆ, ਆਪਾਂ ਵੀ ਜਿੰਮ ਸ਼ੁਰੂ ਕਰਨਾ। ਉਹ ਇਹ ਗੱਲ ਹੋਈ, ਮੇਰਾ ਸਿਰਫ ਇੰਨਾ ਕਹਿੰਦਾ ਵੀ ਯਾਰ ਇਹ ਕਿਤੇ ਪੈ ਪਾ ਨਾ ਨਹੀਂ, ਮੈਨੂੰ ਨਾਲੇ ਇੰਨਾ ਮੇਰੇ ਕੋਈ ਮਨ 'ਚ ਹੈ ਨਹੀਂ ਸੀਗਾ, ਮੈਂ ਕਿਹੜਾ ਕੋਈ ਗੇਮਾਂ ਪਲੇ ਕਰਦਾ ਸੀ, ਜੋ ਐਜ ਇਟ ਆ ਉਹ ਸਾਹਮਣੇ। ਚਲੋ ਖੈਰ ਮੈਂ ਹੁਣ ਟੋਰਾਂਟੋ ਤੋਂ ਵੈਨਕੂਵਰ ਨੂੰ ਜਾ ਰਿਹਾ, 5 ਘੰਟੇ ਦੀ ਫਲਾਈਟ ਆ। ਹੁਣ ਪਹਿਲਾਂ ਤਾਂ ਮੈਂ ਸਿੱਖ ਜਗਤ ਨੂੰ ਜਿਹੜੇ ਵੀ ਆ, ਚਾਹੇ ਉਹ ਨਰਮ ਖਿਆਲੀ ਆ, ਗਰਮ ਖਿਆਲੀ ਆ, ਹੋਰ ਕੋਈ ਵੀ ਹੈ, ਮੈਨੂੰ ਉਹ ਬੰਦਾ ਦੱਸ ਦੇਵੇ ਸਾਹਮਣੇ ਆ ਕੇ ਇੱਥੇ ਬਈ ਆਪਾਂ ਸਫ਼ਰ ਕਰ ਸਕਦੇ ਹਾਂ, ਫਲਾਈ ਕਰ ਸਕਦੇ ਹਾਂ ਕਿਸੇ ਵੀ ਪਾਸਿਓਂ, ਇਕੱਲਾ ਟੋਰਾਂਟੋ ਤੋਂ ਵੈਨਕੂਵਰ ਨਹੀਂ,
ਕਿ ਜੋ ਵੀ ਦੱਸ ਦੇਵੇ ਵੀ ਕਿਰਪਾਨ ਪਾ ਕੇ ਉਹਨੂੰ ਕਰ ਸਕਦੇ ਹਾਂ। ਚਲੋ ਮੇਰੀ ਫੋਟੋ ਆ ਗਈ, ਉਹ ਸਿਰਫ ਸਵਾ ਕੁ ਘੰਟਾ ਪਹਿਲਾਂ ਦੀ ਘਟਨਾ ਸੀ ਜਦੋਂ ਮੈਂ ਏਅਰਪੋਰਟ 'ਤੇ ਉਤਰਿਆ ਵੈਨਕੂਵਰ, ਅਤੇ ਮੈਨੂੰ ਪ੍ਰਿੰਸ ਘੁੰਮਣ ਦਾ ਫੋਨ ਆਇਆ ਵੀ ਭਾਅ ਜੀ ਕੀ ਕਰਿਆ ਹੈ ਉੱਥੇ, ਵੀਡੀਓ ਬੜੀਆਂ ਵਾਇਰਲ ਹੁੰਦੀਆਂ। ਇੱਕ ਵਾਰੀ ਤਾਂ ਮੈਂ ਚੌਂਕ ਗਿਆ, ਮੈਂ ਕਿਹਾ ਵੀ ਪਤਾ ਨਹੀਂ ਹੋਰ ਤਾਂ ਚਲੋ ਕੀ ਹੋਣਾ ਸੀਗਾ, ਮੈਨੂੰ ਇਹ ਸੀ ਵੀ ਕੋਈ ਕਿਸੇ ਲਈ ਕੋਈ ਗਲਤ ਗੁਲਤ ਬੋਲਦਾ ਹੋਵੇ ਤਾਂ ਮੇਰੇ ਤੋਂ ਉਘਾਰਾ ਨਾ ਭਾਰ ਹੋ ਗਿਆ ਹੋਵੇ। ਖੈਰ ਵੀਡੀਓ ਦੇਖ ਕੇ ਮੈਨੂੰ ਪਤਾ ਲੱਗਾ ਉੱਤੇ ਟਾਈਟਲ ਸੀ KS ਮੱਖਣ ਨੇ ਕੀਤਾ ਅੰਮ੍ਰਿਤ ਭੰਗ, ਅਤੇ ਉਹ ਜਿਹੜਾ ਮੈਨੂੰ ਹੁਣ ਇਹ ਨਹੀਂ ਪਤਾ ਚੇਤਾ ਨਹੀਂ ਗਾ, ਕਿਉਂਕਿ ਮੈਂ ਕਦੀ ਵੀ ਪ੍ਰਪੇਅਰ ਹੋ ਕੇ ਨਹੀਂ ਆਇਆ, ਜੋ ਮੇਰੇ ਮਨ 'ਚ ਹੁੰਦਾ ਉਹੀ ਗੱਲ ਕਰਦਾ। ਉਹ ਚੈਨਲ ਸੀਗਾ, ਉਹ ਸੀਗਾ ਵੀ ਸਿੱਖੀ ਨਾਲ ਰਿਲੇਟਡ, ਇੰਗਲੈਂਡ ਤੋਂ ਚੈਨਲ ਸੀਗਾ ਜਿਨ੍ਹਾਂ ਨੇ ਇਹ ਪਾਈ ਸੀ। ਮੈਂ ਹੈਰਾਨ ਹਾਂ ਵੀ ਸਿੱਖ ਨੂੰ ਸਿੱਖ ਹੀ ਭੰਡ ਰਿਹਾ, ਜੇ ਮੇਰੇ ਕੋਲ ਗਲਤੀ ਹੋ ਗਈ ਉਹਨੂੰ ਨੱਪ ਲਓ, ਉਹਨੂੰ ਮਾੜਾ ਮੋਟਾ ਮੌਕਾ ਤਾਂ ਦਿਓ। ਲੜਾਈ ਮੇਰੀ ਇੱਕੋ ਹੀ ਆ ਵੀ ਮੌਕਾ ਨਹੀਂ ਅਸੀਂ ਦਿੰਦੇ, ਅਤੇ ਉੱਥੇ ਚੱਕ ਦਿੱਤੇ ਜੀ ਡੇਡੇ ਟਾਈਟਲ। ਉਹ ਦੋ ਤਿੰਨ ਦਿਨ ਐਸਾ ਉੱਥੇ ਚੱਲਿਆ, ਹੋਈ 250-300 ਬੰਦਾ ਜਿਹੜਾ ਰੋਜ਼ ਉੱਠ ਕੇ ਉਹਨਾਂ ਨੇ ਆਪਸ ਵਿੱਚ ਹੀ ਗੱਲਾਂ ਗੁੱਲਾਂ ਕਰਕੇ ਬੜਾ ਮਨ ਦੁਖਿਆ। ਚਲੋ ਖੈਰ ਦੋ ਤਿੰਨ ਦਿਨ ਦੇ ਬਾਅਦ ਮੈਂ ਬੈਕ ਟੂ ਨੋਰਮਲ ਹੋਇਆ, ਅਤੇ ਫਿਰ ਸਿਲਸਿਲਾ ਚੱਲ ਪਿਆ। ਉਦੋਂ ਬਾਅਦ ਇਸ਼ੂ ਆ ਗਿਆ ਭੇਟ ਵਾਲਾ, ਇਹ ਤਾਂ ਮੇਰੇ ਵੱਲੋਂ ਤਾਂ ਕੋਈ ਗਲਤੀ ਨਹੀਂ ਸੀਗੀ ਜਿਹੜੀ ਮੈਂ ਅੰਮ੍ਰਿਤ ਭੰਗ ਕਹਿ ਦਿੱਤਾ। ਕੋਈ ਬੰਦਾ ਮੈਨੂੰ ਸਿੱਖ ਆ ਕੇ ਦੱਸੇ ਵੀ ਜਿਹੜਾ ਅੜ ਕੇ ਕਿਰਪਾਨ ਪਾ ਕੇ ਚਲੇ ਜਾਊਗਾ ਫਲਾਈਟ ਦੇ ਵਿੱਚ, ਕੋਈ ਵੀ ਜਿੱਡਾ ਮਰਜ਼ੀ ਵਿਦਵਾਨ ਆ, ਜਿੱਡਾ ਮਰਜ਼ੀ ਉਹ ਕੋਈ ਗਰਮ ਖਿਆਲੀ ਆ, ਜਿੱਡਾ ਮਰਜ਼ੀ ਕੋਈ ਸਿੱਖੀ ਲਈ ਯੋਗਦਾਨ ਪਾ ਰਿਹਾ, ਕੋਈ ਥਲਾਈ ਕਰ ਸਕਦਾ ਹੈ ਕਿਰਪਾਨ ਪਾ ਕੇ। ਹੁਣ ਉਹ ਇੱਕ ਸਿਚੁਏਸ਼ਨ ਸੀਗੀ, ਅਤੇ ਮੈਂ ਚਲੋ ਹੁਣ ਆ ਗਿਆ ਮੁੱਦਾ ਆਪਣਾ ਮਾਫ਼ੀ ਦਾ। ਮੈਂ ਮਾਫ਼ੀ ਮੰਗੀ, ਉਹਨੂੰ ਵੀ ਤੂੰ ਦੇ ਰਹੇ ਕੁਛ ਸੱਜਣ, ਜਿੱਦਾਂ ਅਵਤਾਰ ਸਿੰਘ ਨੇ ਸਟੇਟਮੈਂਟ ਦੇ ਦਿੱਤੀ ਆ ਵੀ ਇਹਨਾਂ ਸਿੱਖ ਬਹੁਤ ਖੁਸ਼ ਹੋਣੇ ਵੀ ਬੜਾ ਇਹ ਸਿੰਘ ਚੜ੍ਹਦੀ ਕਲਾ ਵਾਲਾ, ਵੀ ਇਹਨੇ ਬੜੀ ਠੋਕੀ ਗੱਲ ਕਹੀ ਵੀ ਤੂੰ ਮਾਫ਼ੀਆਂ ਮੰਗਦਾ ਫਿਰਦਾ ਸੀ। ਹੁਣ ਉੱਥੇ ਜੇ ਮੈਂ ਗਲਤੀ ਕੀਤੀ ਮਾਫ਼ੀ ਨਾ ਮੰਗਾਂ, ਉਹ ਵੀ ਪਸੰਦ ਨਹੀਂ ਹੈ, ਫਿਰ ਕਰੀਏ ਜਾਈਏ ਕਿੱਧਰ ਨੂੰ। ਉੱਥੇ ਉਹਨਾਂ ਨੇ ਸਿੰਘਾਂ ਨੇ ਪੁੱਛਿਆ, ਮੈਂ ਇਹ ਥੋੜ੍ਹਾ ਕਹਿੰਦਾ ਵੀ ਉਹਨਾਂ ਨੇ ਮੈਨੂੰ ਪਿਆਰ ਨਾਲ ਆ ਕੇ ਪੁੱਛਿਆ, ਪਰ ਉਹਨਾਂ ਨੇ ਕੋਈ ਗਾਲ ਵੀ ਨਹੀਂ ਮੈਨੂੰ ਕੱਢੀ ਬਈ ਤੂੰ ਬਈ ਆਹ ਬੜਾ ਦਲਪਣਾ ਕਰਦਾ ਵੀ ਬੜਾ ਤੂੰ ਇਹ ਕੰਜਰ ਬਹੁਤ ਕਰਦਾ। ਉਹਨਾਂ ਨੇ ਮੈਨੂੰ ਆ ਕੇ ਪੁੱਛਿਆ ਵੀ ਮੱਖਣ ਯਾਰ ਤੂੰ ਗੁਰੂ ਦਾ ਸਿੱਖ ਆ, ਸਿੱਖ ਹੋ ਕੇ ਭੇਟਾਂ ਗਾਉਣ ਡਿਆ, ਅਤੇ ਕਈ ਵਾਰ ਕਿ ਮੇਰੇ ਵਰਗਾ ਬੰਦਾ ਭੁਲੇਖੇ ਨਾਲ ਹੀ ਤੁਰਿਆ ਜਾਂਦਾ, ਕੋਈ ਆ ਕੇ ਕਿਸੇ ਨੇ ਪੁੱਛਿਆ, ਕੋਈ ਮੈਨੂੰ ਗਾਲ ਨਹੀਂ ਕੱਢੀ, ਪੁੱਛਿਆ ਉਹਨਾਂ ਨੇ ਗਰਮਜੋਸ਼ੀ ਨਾਲ, ਅਤੇ ਮੇਰੇ ਵੀ ਮਨ 'ਚ ਹੋਇਆ ਵੀ ਯਾਰ ਇਹਨਾਂ ਨੂੰ ਹਰਟ ਹੋਇਆ, ਅਤੇ ਮੈਂ ਵੀ ਆਪਣੇ ਆਪ ਨੂੰ ਬਿਨਾਂ ਗੱਲ ਤੋਂ ਸਿਆਣਾ ਬਣਿਆ ਫਿਰਦਾ ਵੀ ਗਲਤ ਗੱਲ ਆ। ਮੈਂ ਉੱਥੇ ਕਿਹਾ ਵੀ ਸਿੰਘ ਸਾਹਿਬ ਪਲੀਜ਼ ਮੈਂ ਤੁਹਾਨੂੰ ਹਰਟ ਹੋਇਆ, ਮੈਂ ਸੋਰੀ ਹਾਂ, ਅਤੇ ਉਹਨਾਂ ਨੇ ਮੈਨੂੰ ਕਿਹਾ ਸਾਡੇ ਕੋਲ ਨਹੀਂ। ਦੇਖੋ ਉਹਨਾਂ ਦੀ ਕਿੱਡੀ ਵੱਡੀ ਕਹਾਣੀ ਆ, ਗੁਰੂ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖੇ, ਮੈਂ ਕੋਈ ਸਿੰਪਤੀ ਨਹੀਂ ਲੈਣੀ ਚਾਹੁੰਦਾ ਉਹਨਾਂ ਦੀ, ਕਿਉਂਕਿ ਮੈਂ ਵੀ ਪੰਜਾਬੀ ਮੈਂ 200 ਵਾਰੀ ਨਹੀਂ 2 ਮਿਲੀਅਨ ਟਾਈਮ ਗਾਂ ਵੀ ਕਹੂੰਗਾ। ਮੈਂ ਉਹ ਗੁਰੂ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ, ਬੜੇ ਉਹਨਾਂ ਨੇ ਸਲੀਕੇ ਨਾਲ ਆਦਮਨਾ ਪੁੱਛਿਆ, ਅਤੇ ਉਹਨਾਂ ਨੇ ਮੈਨੂੰ ਇਹ ਵੀ ਗੱਲ ਕਹੀ ਵੀ ਸਟੇਜ ਤੋਂ ਜਾ ਕੇ ਤੁਸੀਂ ਮਾਫ਼ੀ ਮੰਗੋ। ਮੈਂ ਸਟੇਜ 'ਤੇ ਜਾ ਕੇ ਮਾਫ਼ੀ ਮੰਗੀ ਵੀ ਇਹਨਾਂ ਸੱਜਣਾ ਦਾ, ਹਾਂ ਫਿਰ ਵੀ ਮੇਰੇ ਕੋਲੋਂ ਇਹ ਹੋਇਆ। ਉਹ ਤਾਂ ਮੈਨੂੰ ਕਹਿੰਦੇ ਸੀ ਵੀ ਸੰਗਤ ਤੋਂ ਮਾਫ਼ੀ ਮੰਗਣੀ ਆ, ਮੈਂ ਫਿਰ ਵੀ ਮੈਂ ਕਿਹਾ ਮੇਰੀ ਸਟੇਜ 'ਤੇ ਜਿੱਥੇ ਮੈਂ ਖੜ੍ਹਾ ਸੀ ਮੈਂ ਇੱਦਾਂ ਸੱਜੇ ਹੱਥ ਕਰਕੇ, ਮੈਨੂੰ ਯਾਦ ਆ ਕਿਉਂਕਿ ਇਹ ਛੋਟਾ ਹੈਪਨਿੰਗ ਆ। ਮੈਂ ਉਹਨਾਂ ਨੂੰ ਕਿਹਾ ਵੀ ਮੇਰੇ ਸੱਜੇ ਪਾਸੇ ਵੀਰ ਖੜ੍ਹੇ ਆ, ਸਿੰਘ ਖੜ੍ਹੇ ਆ, ਇਹਨਾਂ ਨੂੰ ਹਰਟ ਹੋਇਆ, ਮੈਂ ਭੇਟ ਗਾਈ ਆ, ਅਤੇ ਮੈਂ ਸਮਝਦਾ ਵੀ ਮੇਰੀ ਵਜ੍ਹਾ ਨਾਲ ਕਿਸੇ ਦਾ ਦਿਲ ਨਹੀਂ ਦੁੱਖਣਾ ਚਾਹੀਦਾ। ਉਹਨਾਂ ਵਿੱਚੋਂ ਇੱਕ ਨੇ ਕਿਹਾ ਤੈਨੂੰ ਕਿਹਾ ਵੀ ਸੰਗਤ ਤੋਂ ਮਾਫ਼ੀ ਮੰਗ, ਅਤੇ ਮੈਂ ਸੰਗਤ ਤੋਂ ਮਾਫ਼ੀ ਮੰਗ ਲਈ। ਮੈਂ ਕਿਹਾ ਜੀ ਮਾਫ਼ ਕਰ ਦਿਓ ਵੀ ਆਪਣੇ ਇਹਨਾਂ ਵੀਰਾਂ ਨੇ ਇਤਰਾਜ਼ ਵੀ ਕੀਤਾ, ਅਤੇ ਤੁਹਾਡੇ 'ਚੋਂ ਵੀ ਕਿਸੇ ਨੂੰ ਹੋਣਾ ਸ਼ਾਇਦ ਕੋਈ ਨਾਮ ਬੋਲਦਾ ਹੋਵੇ। ਹੁਣ ਉਸ ਮਾਫ਼ੀ 'ਤੇ ਵੀ
ਸਮਝ ਨਹੀਂ ਆਇਆ, ਉਹ ਵੀ ਪਸੰਦ ਨਹੀਂ, ਸਿੱਖੀ ਵੀ ਪਸੰਦ ਨਹੀਂ, ਹੈ ਨਾ। ਅਤੇ ਜੋ ਮੂੰਹ ਆਇਆ ਤੁਸੀਂ ਬੋਲਦੇ ਹੋ, ਹੈ ਨਾ। ਅਤੇ ਜੇ ਆਪਾਂ ਬੋਲਦੇ, ਮੈਂ ਬੋਲਦਾ ਹਾਂ, ਤਾਂ ਉਹਦਾ ਕਾਰਨ ਆ ਵੀ ਯਾਰ ਤੁਹਾਨੂੰ ਲੋਕਾਂ ਨੇ ਬਣਾਇਆ ਆ, ਲੋਕ ਥੱਲੇ ਵੀ ਲਾ ਦਿੰਦੇ ਹੁੰਦੇ ਆ ਉਹ, ਇਹ ਗੱਲ ਤਾਂ ਸਾਨੂੰ ਵੈਸੇ ਹੀ ਪਤਾ ਆ। ਇਹ ਇਕੱਲਾ ਫੀਲਡ ਇਹ ਨਹੀਂ, ਕੋਈ ਸਪੋਰਟਸਮੈਨ ਹੋਵੇ, ਕੋਈ ਮੰਤਰੀ ਹੋਵੇ, ਕਿਸੇ ਵੀ ਫੀਲਡ 'ਚ ਆ, ਕੋਈ ਸਿੱਖੀ ਦਾ ਜਿਹੜਾ ਮੇਨ ਬਲਵਾਨ ਹੋਵੇ ਉਹਨੂੰ ਵੀ ਪਬਲਿਕ ਸੰਗਤ ਹੀ ਬਣਾਉਂਦੀ ਆ, ਠੀਕ ਹੈ ਜੀ। ਸੋ ਇਸ ਕਰਕੇ ਇਹ ਤਾਂ ਸਮਝਾਉਣ ਦੀ ਲੋੜ ਨਹੀਂ, ਪਤਾ ਹੋਣਾ ਚਾਹੀਦਾ। ਚਲੋ ਫਿਰ ਵੀ ਜੇ ਕੋਈ ਕਹਿੰਦਾ ਕਿ ਯਾਰ ਦਿਮਾਗ ਬਲੌਕ ਹੋਇਆ ਹੁੰਦਾ ਤਾਂ ਅੱਖਾਂ ਖੁੱਲ੍ਹ ਜਾਂਦੀਆਂ। ਮੈਂ ਉਹਨਾਂ ਸਿੰਘਾਂ ਦਾ ਫਿਰ ਧੰਨਵਾਦ ਕਰਦਾ ਅੱਜ। ਬਟ ਹੁਣ ਇਸ਼ੂ ਆ ਵੀ ਇਹ ਜਿਹੜੀਆਂ ਚੋਭਾਂ ਲੱਗ ਰਹੀਆਂ ਵਾਰ ਵਾਰ ਇਹਨਾਂ ਵੱਲੋਂ, ਦੋ ਚਾਰ ਬੰਦਿਆਂ ਵੱਲੋਂ ਅਤੇ ਉਹਨਾਂ ਦੇ ਫੋਲੋਅਰਸ, ਇਹ ਗਾਲ ਤੋਂ ਬਿਨਾਂ, ਉੱਥੇ ਮਾਂ ਭੈਣ ਦੀ ਗਾਲ ਤੋਂ ਬਿਨਾਂ ਗੱਲ ਨਹੀਂ ਕਰਦੇ ਸਾਨੂੰ, ਪਤਾ ਨਹੀਂ ਉਹ ਕੌਣ ਆ ਵੀਰ। ਚਲੋ ਮਹਾਰਾਜ ਉਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ, ਅਸੀਂ ਤਾਂ ਗੱਲ 'ਤੇ ਮਿੱਟੀ ਪਾਉਣਾ ਮੰਗਦੇ ਸੀ। ਅਤੇ ਹੁਣ ਮੈਂ ਇਹ ਮਨ ਬਣਾਇਆ ਵੀ ਮੈਂ ਜਿਹੜੇ ਕਕਾਰ ਆ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅੱਜ ਤਿਆਗ ਦੇਣੇ ਆ, ਅਤੇ ਮੇਰੇ ਤੋਂ ਭੇਖੀ ਪੂਣਾ ਲੈ ਜੂਗਾ, ਇੱਕ ਬਹੁਤ ਵੱਡੀ ਗੱਲ ਕਲੀਅਰ ਹੋ ਜੂਗੀ ਵੀ ਮੈਂ ਸਿੱਖੀ ਸਰੂਪ 'ਚ ਆ ਕੇ ਕੋਈ ਨੁਕਸਾਨ ਕਰ ਰਿਹਾ ਸਿੱਖੀ ਦਾ। ਬਾਕੀ ਰਹੀ ਗੱਲ, ਮੈਨੂੰ ਹਰ ਕਮਿਊਨਿਟੀ ਵਿੱਚ ਜਾਣਾ ਪੈਂਦਾ ਸਮਾਜ ਵਿੱਚ ਰਹਿ ਕੇ, ਹਿੰਦੂ, ਮੁਸਲਿਮ, ਸਿੱਖ, ਈਸਾਈ, ਵਾਲਮੀਕ ਭਾਈਚਾਰਾ, ਆਪਣੇ ਰਵਿਦਾਸੀਆ ਭਾਈਚਾਰਾ, ਹੋਰ ਬਹੁਤ ਥਾਂ ਜਿੱਥੇ ਜਾ ਕੇ ਬੋਲਣਾ ਵੀ ਪੈਂਦਾ ਮਾਈਕ 'ਤੇ, ਮੰਚ 'ਤੇ, ਅਤੇ ਉੱਥੇ ਮਾਨ ਸਨਮਾਨ ਵੀ ਹੁੰਦੇ ਆ। ਮੈਂ ਤਾਂ ਇਹ ਸੋਚਦਾ ਵੀ ਜਦੋਂ ਕੇ ਐਸ ਮੱਖਣ ਦਾ ਸਨਮਾਨ ਹੋ ਰਿਹਾ ਕਿਸੇ ਅਦਰ ਕਮਿਊਨਿਟੀ ਵੱਲੋਂ, ਤਾਂ ਸਾਰੇ ਸਿੱਖਾਂ ਦਾ ਸਨਮਾਨ ਹੋ ਰਿਹਾ ਹੈ। ਚਲੋ ਉਹ ਮੇਰੀ ਸੋਚ ਆ, ਜਾਂ ਮੈਂ ਇਹ ਹੁਣ ਕੋਈ ਕਈਆਂ ਨੇ ਵੀ ਕਹਿਣਾ ਵੀ ਹੁਣ ਖਾਨੀ ਇਹ ਡਰਦਾ ਹੀ, ਇੱਦਾਂ ਦੀਆਂ ਗੱਲਾਂ ਕਰੀ ਜਾਂਦਾ ਘੋੜੀਆਂ ਭਾਲੀਆਂ। ਆਈ ਐਮ ਨਾਟ ਸਕੇਰਡ, ਮੈਂ ਉਹ ਜ਼ਰੂਰ ਬੇਨਤੀ ਕਰੂੰਗਾ ਇਹ, ਮੈਂ ਨਾ ਤਾਂ ਮੈਨੂੰ ਕੋਈ ਡਰਾ ਸਕਦਾ ਗੁਰੂ ਮਹਾਰਾਜ ਤੋਂ ਬਿਨਾਂ, ਅਤੇ ਨਾ ਕਿਸੇ ਦੀ ਇਹ ਜ਼ਰੂਰਤ ਹੈ ਇੰਨੀ, ਇਹ ਮੈਂ ਲਾਈਵ ਹੋ ਕੇ ਕਹਿ ਰਿਹਾ। ਅਤੇ ਜਿਹੜੇ ਮੈਂ ਕਕਾਰ ਤਿਆਗ ਰਿਹਾ, ਇਹ ਸਿਰਫ ਮੈਂ ਡਰ ਤੋਂ ਕਿ ਉਹ ਬੰਦਿਆਂ ਦਾ ਪਤਾ ਨਹੀਂ ਉਹ ਕਿੱਥੇ ਕਿੱਥੇ ਬੈਠੇ ਹੁੰਦੇ ਆ, ਮੈਂ ਵੀ ਨਹੀਂ ਕਿਸੇ ਨੂੰ ਕਹਿ ਸਕਦਾ ਵੀ ਜਾ ਕੇ ਜੀ ਇਹਨੂੰ ਕਹਿ ਦਿਓ। ਆਹ ਦੋ ਤਿੰਨ ਬੰਦੇ ਆਏ ਆ ਸਾਹਮਣੇ, ਇਹਨਾਂ ਦਾ ਮੈਂ ਜ਼ਿਕਰ ਕਰ ਦਿੱਤਾ ਆ, ਤੁਹਾਨੂੰ ਬੇਨਤੀ ਕਰ ਦਿੱਤੀ ਆ ਵੀ ਕੋਈ ਸੰਸਥਾ ਬਣੇ, ਇਹਨਾਂ ਨੂੰ ਵੀ ਰੋਕੇ, ਸਾਨੂੰ ਵੀ ਰੋਕੇ। ਆ ਸਾਡੇ ਕੋਲ ਵੀ ਨਾ ਆਵੇ, ਮੈਂ ਪਹਿਲਾਂ ਕਿਹਾ ਵੀ ਸਾਨੂੰ ਕੋਈ ਆ ਕੇ ਕਵੇ, ਸਾਡੇ ਕੋਲ ਆਉਣ ਦੀ ਜ਼ਰੂਰਤ ਨਹੀਂ, ਸਾਨੂੰ ਮੈਸੇਜ ਦੇ ਦਿਓ ਵੀ ਅਸੀਂ ਉੱਥੇ ਪਹੁੰਚ ਜਾਵਾਂਗੇ। ਜੇ ਅਸੀਂ ਨਹੀਂ ਪਹੁੰਚਦੇ ਜਾਂ ਅਸੀਂ ਕੋਈ ਹੋਰ ਗਲਤੀ ਕਰਦੇ, ਫਿਰ ਤਾਂ ਬੰਦਾ ਕਵੇ ਵੀ ਚਲੋ ਸ਼ਾਇਦ ਕਈ ਵਾਰੀ ਸਿਆਣੀਆਂ ਗੱਲਾਂ ਨਹੀਂ ਵੀ ਚੰਗੀਆਂ ਗੱਲਾਂ ਨਹੀਂ ਵੀ ਚੰਗੀਆਂ ਲੱਗਦੀਆਂ ਕਈਆਂ ਨੂੰ। ਅਤੇ ਉੱਤੋਂ ਅਗਲਾ ਸਟੈਪ ਵੀ ਜਿਹੜੇ ਪੁਰਾਣੀਆਂ ਨੇ ਮੇਰੇ ਨਾਲ ਜਾਂ ਮੇਰੇ ਤੋਂ ਪ੍ਰਭਾਵਿਤ ਹੋ ਕੇ ਅੰਮ੍ਰਿਤਪਾਨ ਕੀਤਾ, ਮੈਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਉਹ ਬੋਲਣ ਨਾ ਅਤੇ ਉਹ ਥਿੜਕਣ ਨਾ, ਸਿੱਖੀ ਸਿਦਕ ਨੂੰ ਚੜ੍ਹਦੀ ਕਲਾ ਵਿੱਚ ਰੱਖਣ, ਕਿਉਂਕਿ ਇਹ ਪ੍ਰੋਬਲਮ ਮੇਰੀ ਸੀ, ਇਹਦੇ ਨਾਲ ਮੈਨੂੰ ਹੀ ਨਿਬੜਨਾ ਪੈਣਾ। ਉਹਦਾ ਕਾਰਨ ਹੈ ਵੀ ਮੈਂ ਨਹੀਂ ਚਾਹੁੰਦਾ ਮੇਰੀ ਵਜ੍ਹਾ ਨਾਲ ਕੋਈ ਹੋਰ ਬੰਦਾ ਲਪੇਟ ਵਿੱਚ ਆਵੇ, ਕਿਉਂਕਿ ਗੱਲ ਅਸੀਂ ਕੋਈ ਕਿਸੇ ਵੀ ਮੁੱਦੇ 'ਤੇ ਨਹੀਂ ਕਰ ਸਕਦੇ। ਉਹ ਫਿਰ ਮੂਹਰੋਂ ਕਹਿਣਾ ਵੀ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ, ਜੋ ਵੀ ਉਹ ਵਰਡਿੰਗ ਹੈਗੀ ਆ, ਅਤੇ ਜੇ ਹੁਣ ਚੰਗੇ ਰਾਹ 'ਤੇ ਪਏ ਆ ਔਖੇ ਸੌਖੇ ਹੋ ਕੇ, ਉਹ ਹੁਣ ਜੇ ਇਹ ਇੱਕ ਸਿੱਖੀ ਦਾ ਟਰੈਕ ਲਾ ਲਓ, ਸਿੱਖੀ ਮਾਰਗ ਲਾ ਲਓ, ਅਤੇ ਉਹ ਵੀ ਪਸੰਦ ਨਹੀਂ ਗਾ। ਮਸੀਂ ਮਿਹਨਤ ਨਾਲ ਸੰਗਤ ਦੇ ਵਿੱਚ ਬੈਠ ਬੈਠ ਕੇ ਮਨ ਬਣਾਇਆ ਸੀ, ਅਤੇ ਚਲੋ ਮੈਨੂੰ ਇੰਨਾ ਨਹੀਂ ਪਤਾ ਸੀ, ਮੈਂ ਹੁਣ ਇਸੀ ਗੱਲੋਂ ਡਰਦਾ ਕਿ ਮੇਰੀ ਵਜ੍ਹਾ ਨਾਲ, ਮੇਰਾ ਕਰਕੇ ਕੋਈ ਇੱਦਾਂ ਦੀ ਗੱਲ ਨਾ ਹੋਵੇ, ਇਸ਼ੂ ਨਾ ਬਣੇ। ਜਿਹੜੇ ਮੇਰੇ ਫੋਲੋਅਰ ਆ ਉਹ ਵੀ ਸਾਰਿਆਂ ਨੂੰ ਪਤਾ ਉੱਤੇ ਹੀ ਆ ਸਾਰਾ ਕੁਛ, ਮੈਂ ਤਾਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਆਪਾਂ ਨੂੰ ਇਸ 200-400 ਬੰਦੇ ਦੀ ਜਵਾਬ ਦੇਣ ਦੀ ਕੋਈ ਵਾਲੀ ਜ਼ਰੂਰਤ ਨਹੀਂ ਗੀ, ਪਰ ਇਹ
ਇਨਵਾਇਰਮੈਂਟ ਜ਼ਰੂਰ ਖਰਾਬ ਕਰ ਰਹੇ ਆ। ਵੀ ਕਿਸੇ ਨੂੰ ਪੁੱਛ ਲਓ ਯਾਰ, ਮੈਂ ਜੇ ਕਿਸੇ ਦਾ ਮੈਂ ਵੱਡਾ ਭਰਾ ਵੀ ਹੋ ਸਕਦਾ, ਛੋਟਾ ਵੀ, ਕਿਸੇ ਦੇ ਮੈਂ ਨਿਆਣਿਆਂ ਵਰਗਾ ਵੀ ਹੋ ਸਕਦਾ, ਮੇਰੇ ਕੋਈ ਮਾਪਿਆਂ ਵਰਗਾ ਵੀ ਹੋ ਸਕਦਾ। ਇੱਕ ਵਾਰੀ ਸਾਨੂੰ ਯਾਰ ਪੁੱਛਦਾ ਲਵੋ, ਤੁਸੀਂ ਪੁੱਛਦੇ ਤਾਂ ਹੈ ਹੀ ਨਹੀਂ ਪਹਿਲੇ ਦਿਨ ਤੇ। ਵੀ ਇਸ਼ੂ ਜਿੱਦਣ ਮੈਂ ਸੋਸ਼ਲ ਮੀਡੀਆ ਤੇ ਆਇਆ, ਮੈਂ ਤਾਂ ਕਦੀ ਆਇਆ ਹੀ ਨਹੀਂ। ਮੈਂ ਤਾਂ ਇਹੀ ਬੇਨਤੀ ਕੀਤੀ ਵੀ ਯਾਰ ਇੱਕ ਮੌਕਾ ਦੇ ਦੇਣਾ ਚਾਹੀਦਾ ਕਿਸੇ ਨੂੰ ਵੀ, ਮੈਨੂੰ ਨਹੀਂ ਹੋਰ ਵੀ ਕੋਈ ਗਲਤੀ ਕਰਦਾ। ਤੇ ਸੋ ਇਸ ਕਰਕੇ ਫਿਰ ਮੈਂ ਉਹਨਾਂ ਪ੍ਰਾਣੀਆਂ ਨੂੰ ਬੇਨਤੀ ਕਰਦਾ ਵੀ ਉਹਨਾਂ ਨੇ ਡੋਲਣਾ ਨਹੀਂ, ਤੇ ਡੋਲਿਆ ਮੈਂ ਵੀ ਨਹੀਂ, ਗਿਵ ਅਪ ਨਹੀਂ ਕੀਤਾ। ਮੈਂ ਪਹਿਲਾਂ ਵੀ ਕਹਿ ਰਿਹਾ ਵੀ ਮੈਂ ਡਰਦਾ ਨੀਗਾ, ਹਾਂ ਸਿਰਫ ਡਰ ਆ ਜਿਹੜਾ ਮੈਨੂੰ ਇਹਨਾਂ ਕਕਾਰਾਂ ਦੀ ਬੇਅਦਬੀ ਹੋ ਰਹੀ ਆ। ਜੇ ਮੂੰਹ ਖੋਲਦੇ ਆ ਤਾਂ ਉਹ ਸੱਜਣ ਇਹ ਚਾਹੁੰਦੇ ਵੀ ਬਸ ਜੋ ਅਸੀਂ ਕਹਿਤਾ ਵੀ ਅਸੀਂ ਸਿੱਖ ਹਾਂ, ਅਸੀਂ ਜੋ ਕਹਿਤਾ ਉਹ ਹੋਣਾ, ਇੱਦਾਂ ਇੱਧਰ ਨਹੀਂ ਮੰਨਣਾ। ਇਹ ਮੈਂ ਉਹਨਾਂ ਨੂੰ ਬੇਨਤੀ ਕਰ ਦਿੰਦਾ ਵੀ ਉਹ ਸੱਚ ਦੀ ਲੜਾਈ ਆ, ਸੱਚ 'ਤੇ ਹੁਣ ਚੱਲਣਾ। ਵੀ ਮੌਕਾ ਚਾਹੀਦਾ ਇੱਕ ਮਾਫ਼ੀ ਸਾਡੇ ਗੁਰੂ ਸਾਹਿਬਾਨ ਉਹਨਾਂ ਦਾ ਜਿਹੜਾ ਫਰਮਾਨ ਆ ਉਹਦੇ ਨਾਲ ਅਸੀਂ ਚੱਲਣਾ। ਸੋ ਮੈਂ ਅਗਲੀ ਗੱਲ ਮੇਰੇ ਪਰਿਵਾਰ ਦੀ ਆ ਗਈ, ਮੇਰੇ ਪਰਿਵਾਰ ਨੂੰ ਵੀ ਦੁੱਖ ਹੋਣਾ ਇਸ ਗੱਲ ਦਾ, ਉਹਨਾਂ ਦਾ ਮੈਨੂੰ ਫਿਕਰ ਕੋਈ ਨਹੀਂ ਗਾ, ਕਿਉਂਕਿ ਸੰਤ ਬਾਬਾ ਬਲਦੇਵ ਸਿੰਘ ਜੀ ਬੁਲੰਦਪੁਰੀ ਵਾਲੇ, ਉਹਨਾਂ 'ਤੇ ਮੈਨੂੰ ਬਹੁਤ ਵਿਸ਼ਵਾਸ ਆ, ਅਤੇ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸੰਗਤਾਂ 'ਤੇ ਮੈਨੂੰ ਬਹੁਤ ਮਾਣ ਆ, ਵਿਸ਼ਵਾਸ ਆ ਕਿ ਉਹ ਮੇਰੇ ਪਰਿਵਾਰ ਨੂੰ ਡੋਲਣ ਨਹੀਂ ਦੇਣਗੇ। ਅਤੇ ਨਾਲ ਹੀ ਮੇਰੇ ਬੱਚਿਆਂ ਦੀ ਗੱਲ, ਏਕਮ ਸਿੰਘ, ਸੱਜਣ ਸਿੰਘ, ਉਹ ਗੋਬਿੰਦ ਸਰਵਰ ਸਰੀ ਦੇ ਵਿੱਚ ਪੰਜਾਬੀ ਸਕੂਲ ਵਿੱਚ ਪੜ੍ਹਦੇ ਆ, ਉੱਥੋਂ ਦੀ ਮੈਨੇਜਮੈਂਟ ਅਤੇ ਉੱਥੇ ਤੋਂ ਜਿਹੜੇ ਟੀਚਰ ਆ, ਅਧਿਆਪਕ ਆ ਜਿਹੜੇ, ਉਹ ਬਹੁਤ ਚੜ੍ਹਦੀ ਕਲਾ ਵਾਲੇ ਆ, ਕਮਾਈ ਵਾਲੇ ਆ, ਅਤੇ ਮੈਨੂੰ ਉਹਨਾਂ 'ਤੇ ਵੀ ਬਹੁਤ ਮਾਣ ਆ ਕਿ ਉਹ ਮੇਰੇ ਬੱਚਿਆਂ ਨੂੰ, ਏਕਮ ਸਿੰਘ ਅਤੇ ਸੱਜਣ ਸਿੰਘ ਨੂੰ ਡੋਲਣ ਨਹੀਂ ਦੇਣਗੇ। ਅਤੇ ਅਖੀਰ 'ਚ ਮੇਰੀ ਬੇਨਤੀ ਆ, ਇਹ ਜਿਹੜੇ ਸਿੱਖ ਪ੍ਰਚਾਰਕ ਆ ਦੋ ਚਾਰ, ਇਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਹੁਣ ਤੁਸੀਂ ਖੁਸ਼ ਹੋ ਜਾਓ। ਅਤੇ ਦੂਜਾ ਬੇਨਤੀ ਮੇਰੀ ਇਹ ਆ ਵੀ ਮੈਂ ਤਾਂ ਚਲੋ ਗਲਤ ਹੋ ਸਕਦਾ ਅਤੇ ਜੋ ਵੀ ਤੁਹਾਡੇ ਨਜ਼ਰੀਏ 'ਚ ਸੀ, ਪਰ ਜੇ ਕੋਈ ਹੋਰ ਬੰਦੇ ਤੋਂ ਗਲਤੀ ਮਿਸਟੇਕ ਹੁੰਦੀ ਆ ਉਹਨੂੰ ਮੌਕਾ ਜ਼ਰੂਰ ਦਿਆ ਕਰੋ। ਸੰਗਤ ਨੂੰ ਸਾਹਮਣੇ ਬੇਨਤੀ ਕਰੋ ਵੀ ਇਹਨਾਂ ਨੂੰ, ਤੁਸੀਂ ਵਿਦਵਾਨ ਆ, ਤੁਹਾਡੇ ਕੋਲ ਮਾਈਕ ਹੁੰਦਾ, ਤੁਹਾਡੇ ਕੋਲ ਮਾਧਿਅਮ ਆ, ਤੁਹਾਡੇ ਚੈਨਲ ਬਣੇ ਆ, ਉੱਥੇ ਕੋਈ ਮਾੜੀ ਮੋਟੀ ਇਹ ਗੱਲ ਕਰ ਦਿਆ ਕਰੋ ਵੀ ਇਹਨਾਂ ਨੂੰ ਕੋਈ ਯਾਰ ਪੁੱਛੋ ਜਾ ਕੇ ਇਹ ਗਲਤੀ ਕਰ ਰਹੇ ਆ, ਆਪ ਇਹਨਾਂ ਪਹਿਲਾਂ ਝੰਡਾ ਗੱਡ ਦਿਆ ਕਰੋ। ਸੋ ਇਸ ਕਰਕੇ ਜੇ ਨੌਜਵਾਨ ਯੂਥ ਆ ਉਹ ਤੁਹਾਡੇ ਤੋਂ ਡਰਦਾ ਹੀ ਨਹੀਂ, ਇੱਧਰ ਨੂੰ ਆ ਰਿਹਾ, ਮੈਂ ਕਲੀਅਰ ਕਰਦਾ ਹਾਂ ਵੀ ਤੁਸੀਂ ਲੋਕਾਂ ਨੂੰ ਤੋੜੋ ਨਾ ਜੋੜੋ। ਮੈਂ ਸਿਆਣਾ ਨਹੀਂ ਪਰ ਇਹ ਮਾਹੌਲ ਆ ਪੰਜਾਬ ਦਾ, ਤੁਸੀਂ ਆਪਣਾ ਪ੍ਰਚਾਰ ਕਰੋ, ਗੁਰੂ ਮਹਾਰਾਜ ਤੰਦਰੁਸਤੀਆਂ ਬਖਸ਼ੇ। ਅਤੇ ਬਾਕੀ ਮੈਂ ਸਿੱਖ ਸੰਗਤ ਤੋਂ, ਸਿੱਖ ਜਗਤ ਤੋਂ ਮਾਫ਼ੀ ਚਾਹੁੰਦਾ ਕਿ ਮੇਰੇ ਸਿੱਖੀ ਸਰੂਪ ਦੇ ਵਿੱਚ ਆਉਣ ਨਾਲ ਜੇ ਕੋਈ ਨੁਕਸਾਨ ਹੁੰਦਾ ਤਾਂ ਫਿਰ ਮੈਨੂੰ ਇਹੀ ਫੈਸਲਾ ਲੈਣਾ ਚਾਹੀਦਾ ਸੀਗਾ। ਅਤੇ ਮੈਂ ਹਰ ਇੱਕ ਜਿੰਨੇ ਵੀ ਸਿੱਖ ਚਿੰਤਕ ਜਾਂ ਪੰਜਾਬੀ ਚਿੰਤਕ ਫਿਲੋਸਫਰ ਆ ਉਹਨਾਂ ਤੋਂ ਵੀ ਮੈਂ ਮਾਫ਼ੀ ਚਾਹੁੰਦਾ ਜੇ ਕੋਈ ਮੇਰੇ ਕੋਲ ਜਾਣੇ ਅਣਜਾਣੇ ਵਿੱਚ ਗਲਤੀ ਹੋ ਗਈ। ਗਲਤੀ ਇੱਕ ਹੋਈ ਸੀ ਛੋਟੀ ਜਿਹੀ, ਉਹ ਆਪਾਂ ਛੋਟੀ ਜਾਂ ਵੱਡੀ ਹੋ ਗਈ, ਗਲਤੀ ਤਾਂ ਗਲਤੀ ਆ, ਅਤੇ ਕਹਿਣ ਦਾ ਮਤਲਬ ਆਪਾਂ ਉਹਦੀ ਮਾਫ਼ੀ ਮੰਗ ਲਈ ਸੀ, ਉਹ ਵੀ ਇਹਨਾਂ ਨੂੰ ਪਸੰਦ ਨਹੀਂ, ਉਹਦੇ ਬਾਰੇ ਵੀ ਕੋਈ ਨਾ ਕੋਈ ਜ਼ਰੂਰ ਇਸ਼ੂ ਉੱਠਣਾ ਚਾਹੀਦਾ। ਇਹਨਾਂ ਨੂੰ ਮਾੜਾ ਨਾ ਕਹੋ, ਇਹਨਾਂ ਨੂੰ ਆਪਣੇ ਮਾਧਿਅਮ ਰਾਹੀਂ ਜਿੱਥੇ ਜਿੱਥੇ ਵੀ ਹੈਗਾ ਤੁਸੀਂ ਜ਼ਰੂਰ ਇਹਨਾਂ ਨੂੰ ਕਹਿਣਾ ਪੈਣਾ ਤੁਹਾਨੂੰ, ਕਿਉਂਕਿ ਇਹ ਜੋੜਨ ਵਾਲੀ ਨਹੀਂ ਖੋਲ੍ਹਣ ਵਾਲੀ ਗੱਲ ਹੋ ਜਾਂਦੀ ਆ। ਮਨ ਬੜਾ ਦੁੱਖ ਰਿਹਾ ਜੋ ਮੈਂ ਬੋਲਿਆ ਆ,
ਮੈਂ ਅੱਜ ਆਪਣੇ ਕਕਾਰ ਤਿਆਗ ਰਿਹਾ ਹਾਂ। ਇਹ ਛੋਟੀ ਗੱਲ ਹੀ ਮੇਰੇ ਲਈ ਬਹੁਤ ਵੱਡਾ ਇਤਿਹਾਸਿਕ ਦਿਨ, ਜਿੱਦਣ ਮੈਂ ਗੁਰੂ ਮਹਾਰਾਜ ਦੀ ਲੜ ਲੱਗਾ ਸੀ, ਕਕਾਰ ਪਹਿਨੀ ਸੀਗੀ। ਉਦੋਂ ਵੀ ਮੇਰੀ ਜ਼ਿੰਦਗੀ ਦਾ ਇੱਕ ਅਲੱਗ ਦਿਨ ਵੱਖਰੀ ਕਹਾਣੀ ਸੀਗੀ ਅਤੇ ਅੱਜ ਵੀ ਇੱਕ ਵੱਖਰੀ, ਕਿਉਂਕਿ ਮੇਰਾ ਜੇ ਮੇਰਾ ਵੀ ਦਿਲ ਆ, ਮੇਰਾ ਰੋਸਾ, ਮੈਂ ਕਿਸੇ ਨਾਲ ਗਾਲੀ ਗਲੋਚ ਨਹੀਂ ਕੀਤਾ। ਕਰਮ ਬਹੁਤ ਕੁਛ ਹੁੰਦਾ ਬੰਦੇ ਕੋਲ, ਸਿੰਘ ਹੀ ਫਸਾਉਣੇ ਆ, ਦੋ ਭਲਵਾਨ ਘੁੱਲਦੇ ਆ, ਇੱਕ ਨੇ ਜਿੱਤਣਾ ਅਤੇ ਇੱਕ ਨੇ ਹਾਰਨਾ। ਸੋ ਕਹਿੰਦਾ ਮਤਲਬ ਕਰਮ ਬਹੁਤ ਕੁਛ ਸੀ। ਮੈਂ ਇਹ ਸੋਚਿਆ ਵੀ ਜੇ ਰੋਲ ਮਾਡਲ ਇਹ ਵੀ ਲੋਕ ਕਹਿ ਰਹੇ ਆ ਤਾਂ ਫਿਰ ਮੇਰਾ ਫਰਜ਼ ਆ ਮੈਂ ਕੋਈ ਇਹ ਰਾਹ ਲੱਭਾਂ। ਅਤੇ ਮੈਂ ਇੱਕ ਸੱਜਣ ਨਾਲ ਗੱਲ ਕੀਤੀ ਸੀ, ਫਿਰ ਮੈਂ ਸੋਚਿਆ ਵੀ ਕਿਸੇ ਨੇ ਵੀ ਮੂਹਰੇ ਨਹੀਂ ਆਉਣਾ, ਕਿਸੇ ਨੇ ਇਸ ਗੱਲ ਦੇ ਮੂਹਰੇ ਨਹੀਂ ਆਉਣਾ, ਸ਼ਾਇਦ ਇਹ ਤੋਂ ਬਾਅਦ ਕੋਈ ਆਵੇ। ਮੈਂ ਕਹਿੰਦਾ ਵੀ ਮੇਰੇ ਕੋਲ ਗਲਤੀ ਹੋ ਗਈ, ਮੈਨੂੰ ਮਾਫ਼ ਕਰਿਓ। ਅਤੇ ਗੁਰੂ ਮਹਾਰਾਜ ਸਿੱਖ ਸੰਗਤਾਂ ਨੂੰ, ਪੰਜਾਬੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਅੱਜ ਮੈਂ ਆਪਣੇ ਜਿਹੜੇ ਕਕਾਰ ਆ ਹੁਣ ਇਹ ਮੈਂ ਹੁਣੇ ਇਸ ਟਾਈਮ ਹੀ ਗੁਰੂ ਚਰਨਾਂ ਵਿੱਚ ਤਿਆਗਣ ਲੱਗਾ, ਕਿਉਂਕਿ ਮੈਂ ਬੜਾ ਪਰੇਸ਼ਾਨ ਸੀ, ਦੋ ਤਿੰਨ ਦਿਨ ਹੋ ਗਏ ਨੀਂਦ ਨਹੀਂ ਆਈ ਵੀ ਇਹ ਕਹਾਣੀ ਕੀ ਆ। ਇਸ ਕਰਕੇ ਨਹੀਂ ਵੀ ਡਰਦਾ ਵੀ ਮੈਨੂੰ ਉੱਥੇ ਗਾਲੀ ਗਲੋਚ ਹੋ ਰਿਹਾ, ਕੋਈ ਮੁੱਦਾ ਹੀ ਨਹੀਂ ਗਾ, ਕੋਈ ਮਾਫ਼ੀ ਨਹੀਂ, ਅਸੀਂ ਕਿੱਥੇ ਜਾਈਏ, ਐਡਾ ਹੁਣ ਚਗਾਠਾ ਇਹ ਜਿਹੜਾ ਇਹਨੂੰ ਕਿੱਥੇ ਇਹਨੂੰ ਲੂਹ ਦਈਏ ਬਿਨਾਂ ਗੱਲ ਤੋਂ। ਮੈਂ ਤਾਂ ਇਹ ਕਹਿੰਦਾ ਵੀ ਕੰਮ ਆਈਏ, ਕੌਮ ਦੇ ਕੰਮ ਆਈਏ, ਕਿਤੇ ਸਿੱਖੀ ਨਾਲ ਤੁਰੇ। ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਵੀ ਮੈਂ ਗਨਾਹ ਕਿੱਥੇ ਕੀਤਾ। ਜੇ ਉਹ ਕਿਰਪਾਨ ਦਾ ਮੁੱਦਾ ਹੋਇਆ ਵੀ ਉਹ ਮੈਂ ਪੁੱਛ ਲੈਂਦਾ ਵੀ, ਸਾਰਿਆਂ ਨੂੰ ਫਿਰ ਦੁਬਾਰਾ ਰਿਮਾਇੰਡ ਕਰਾ ਦਿਆਂ ਵੀ ਮੈਨੂੰ ਉਹ ਬੰਦਾ ਆ ਕੇ ਮੂਹਰੇ ਦੱਸ ਦੇਵੇ ਵੀ ਜਿਹੜਾ ਫਲਾਈ ਕਰ ਸਕਦਾ ਆ ਕਿਰਪਾਨ ਪਾ ਕੇ। ਕੋਈ ਉਹਦੇ ਲਈ ਚਿੰਤਕ ਵੀ ਹੈਗੇ ਆ ਕਈ ਲੋਕ ਵੀ ਚਲੋ ਅਸੀਂ ਕਿਹੜਾ ਕਿਸੇ ਦੇ ਨਾਲ ਲੜਾਈ ਕਰਨੀ ਹੈ, ਗੁਰੂ ਮਹਾਰਾਜ ਦਾ ਇਹ ਜਿਹੜਾ ਹੈਗਾ ਸਾਨੂੰ ਦਿੱਤਾ ਹੈ ਬਖਸ਼ਿਆ। ਸੋ ਮੈਂ ਜ਼ਿਆਦਾ ਗੱਲਾਂ ਨਾ ਕਰਦਾ ਹੈ ਇੱਥੇ ਹੀ, ਮੈਂ ਮਾਫ਼ੀ ਚਾਹੁੰਦਾ ਸਿੱਖ ਸੰਗਤਾਂ ਤੋਂ ਅਤੇ ਮੈਂ ਆਪਣੇ ਕਕਾਰ ਤਿਆਗ ਰਿਹਾ ਜੀ। ਅਤੇ ਗਾਂਹ ਤੋਂ ਹੁਣ ਜ਼ਿੰਦਗੀ ਜਿੱਦਾਂ ਮਹਾਰਾਜ ਨੇ ਡਿਊਟੀ ਲਾਈ ਉੱਦਾਂ ਹੋਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਰ ਮੇਰੀ ਇੱਥੇ ਦੂਜੀ ਕਿਰਪਾਨ ਵੀ ਸੀ ਜਿਹੜੀ ਉੱਪਰ ਦੀ ਪਾਈ ਆ, ਉਹ ਵੀ ਆਹ ਤਾਂ ਮੈਂ ਧੋ ਕੇ ਚੱਲ ਠੀਕ ਆ। Yeah.